ਦੋਸਤੋ ਤੁਸੀਂ ਸਪੋਕਸਮੈਨ ਟੀਵੀ ਦੇਖ ਰਹੇ ਹੋ ਔਰ ਸਵੇਰ ਤੋਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਥਾਂ ਥਾਂ 'ਤੇ ਅੱਜ 25 ਬੰਦ ਦਾ ਜਿਹੜਾ ਸਮਰਥਨ ਕਿਸਾਨਾਂ ਵੱਲੋਂ ਕੀਤਾ ਗਿਆ ਸੀ ਉਹਨੂੰ ਭਰਵਾਂ ਹੰਗਾਰਾ ਮਿਲ ਰਿਹਾ ਔਰ ਜਿੱਥੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਨੇ ਉੱਥੇ ਵੱਖ ਵੱਖ ਪਾਰਟੀਆਂ ਵੱਲੋਂ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਸਰਕਾਰ ਵਿਰੁੱਧ ਜਤਾਇਆ ਜਾ ਰਿਹਾ। ਉੱਥੇ ਹੀ ਕਿਸਾਨ ਯੂਨੀਅਨ ਵੱਲੋਂ ਵੀ ਸਿਆਸੀ ਪਾਰਟੀਆਂ ਤੋਂ ਵੱਖਰੇ ਹੋ ਕੇ ਆਪਣਾ ਜਿਹੜਾ ਸਮਰਥਨ ਆ ਆਪਣਾ ਸੰਘਰਸ਼ ਆ ਉਹ ਵਿੱਢਿਆ ਹੋਇਆ ਹੈ ਔਰ ਸਭ ਤੋਂ ਵੱਡੀ ਗੱਲ ਵੇਖਣ 'ਚ ਇਸ ਵਾਰ ਇਹ ਆ ਰਹੀ ਹੈ ਕਿ ਜੋ ਫਿਲਮ ਸਟਾਰ ਨੇ ਜੋ ਗਾਇਕ ਨੇ ਗੀਤਕਾਰ ਨੇ ਕਲਾਕਾਰ ਨੇ ਸਾਡਾ ਮਨੋਰੰਜਨ ਕਰਨ ਵਾਲੇ ਜੋ ਇਹ ਹਸਤੀਆਂ ਨੇ ਸੈਲੀਬ੍ਰਿਟੀ ਨੇ ਉਹਨਾਂ ਨੇ ਵੀ ਇਸ ਸੰਘਰਸ਼ ਨੂੰ ਜਿਹੜਾ ਪੂਰਨ ਸਮਰਥਨ ਕਰਨ ਦਾ ਐਲਾਨ ਕੀਤਾ ਹੋਇਆ। ਤੁਸੀਂ ਵੀਡੀਓ ਵੇਖ ਚੁੱਕੇ ਹੋ ਕਿ ਵੱਖ ਵੱਖ ਥਾਵਾਂ 'ਤੇ ਧਰਨਿਆਂ ਦੇ ਉੱਪਰ ਉਤਰ ਕੇ ਕਲਾਕਾਰਾਂ ਵੱਲੋਂ ਫਿਲਮ ਅਦਾਕਾਰਾਂ ਵੱਲੋਂ ਜਿਹੜਾ ਆਪਣਾ ਰੋਸ ਆ ਸਰਕਾਰ ਵਿਰੁੱਧ ਆਰਡੀਨੈਂਸ ਨੂੰ ਲੈ ਕੇ ਜਤਾਇਆ ਜਾ ਰਿਹਾ। ਉਸੇ ਲੜੀ ਤਹਿਤ ਅੱਜ ਤੁਹਾਨੂੰ ਅਸੀਂ ਦਿਖਾਉਣ ਲਿਆਏ ਹਾਂ ਕਿ ਅਜਨਾਲਾ ਵਿੱਚ ਕਿਸਾਨ ਯੂਨੀਅਨ ਦਾ ਧਰਨਾ ਲੱਗਿਆ ਹੋਰ ਔਰ ਹਿੰਦੀ ਫਿਲਮ ਅਤੇ ਪੰਜਾਬੀ ਫਿਲਮਾਂ ਦੀ ਅਭਿਨੇਤਰੀ ਸੋਨੀਆ ਮਾਨ ਜੀ ਵਿਸ਼ੇਸ਼ ਤੌਰ 'ਤੇ ਬੰਬੇ ਤੋਂ ਪੰਜਾਬ ਪਹੁੰਚੇ ਨੇ ਔਰ ਕਿਸਾਨਾਂ ਦੇ ਹੱਕ ਵਿੱਚ ਹਾਰ ਦਾ ਨਾਰਾ ਮਾਰਦੇ ਹੋਏ ਨਜ਼ਰ ਆ ਰਹੇ ਨੇ। ਸਾਡੇ ਨਾਲ ਇਸ ਵੇਲੇ ਧਰਨੇ 'ਚ ਮੌਜੂਦ ਨੇ, ਗੱਲਬਾਤ ਕਰਦੇ ਹਾਂ, ਜਾਣ ਲੈਂਦੇ ਹਾਂ ਕਿ ਉਹਨਾਂ ਦੇ ਮਨ ਵਿੱਚ ਆਰਡੀਨੈਂਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਸਥਿਤੀ ਹੈ। ਮੈਂ ਪਹਿਲਾਂ ਦਾ ਸਵਾਗਤ ਕਰਾਂਗੇ ਸਪੋਕਸਮੈਨ ਜੀ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਇਸ ਧਰਨੇ ਦੇ ਉੱਤੇ ਇਸ ਕਰਕੇ ਹਾਂ ਕਿਉਂਕਿ ਮੇਰੇ ਫਾਦਰ ਸਾਹਿਬ ਸਰਦਾਰ ਬਲਦੇਵ ਸਿੰਘ ਮਾਨ ਨੇ ਆਪਣੀ ਸਾਰੀ ਜ਼ਿੰਦਗੀ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਦੇ ਵਿੱਚ ਲੜ ਕੇ ਉਹ ਸ਼ਹੀਦ ਹੋ ਗਏ ਸੀਗੇ। ਸੋ ਉਹ ਵੀ ਇੱਕ ਕਿਸਾਨ ਆਗੂ ਸੀਗੇ, ਕਿਸਾਨ ਯੂਨੀਅਨ ਲੀਡਰ ਸੀਗੇ। ਸੋ ਮੈਂ ਇਸ ਕਰਕੇ ਇਹ ਧਰਨਾ ਚੂਜ਼ ਕੀਤਾ ਕਿ ਜਿਹੜੇ ਕਿਸਾਨਾਂ ਦੀਆਂ ਹੱਕਾਂ ਵਾਸਤੇ ਗੱਲਾਂ ਕਰਦੇ ਨੇ। ਮੈਂ ਕੋਈ ਵੀ ਪੋਲੀਟੀਕਲ ਧਰਨੇ 'ਤੇ ਨਹੀਂ ਗਈ, ਮੈਂ ਕਿਸਾਨ ਯੂਨੀਅਨ ਦੇ ਧਰਨੇ 'ਤੇ ਆਈ ਹਾਂ ਤਾਂ ਕਿ ਮੈਂ ਅੱਜ ਆਪਣੇ ਫਾਦਰ ਸਾਹਿਬ ਦੀ ਆਵਾਜ਼ ਨੂੰ ਇੱਥੇ ਆ ਕੇ ਵੀ ਬੁਲੰਦ ਕਰ ਸਕਾਂ ਔਰ ਮੈਂ ਉਹਨਾਂ ਨੂੰ ਪ੍ਰਾਊਡ ਫੀਲ ਕਰਵਾ ਸਕਾਂ ਕਿ ਅੱਜ ਉਹਨਾਂ ਦੀ ਬੇਟੀ ਵੀ ਉਹਨਾਂ ਦੀ ਹੀ ਆਵਾਜ਼ ਬਣ ਕੇ ਸਾਰਿਆਂ ਦੇ ਸਾਹਮਣੇ, ਸਾਰੇ ਕਿਸਾਨਾਂ ਦੇ ਸਾਹਮਣੇ ਉਹਨਾਂ ਦਾ ਸਮਰਥਨ ਕਰ ਰਹੀ ਹੈ ਔਰ ਮੈਂ ਹਮੇਸ਼ਾ ਹੀ ਕਿਸਾਨਾਂ ਦਾ ਸਮਰਥਨ ਕਰੂੰਗੀ ਕਿਉਂਕਿ ਮੈਂ ਵੀ ਇੱਕ ਕਿਸਾਨ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ ਔਰ ਮੈਂ ਕਿਸਾਨਾਂ ਦਾ ਦੁੱਖ ਦਰਦ ਸਮਝ ਸਕਦੀ ਹਾਂ ਔਰ ਜੋ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਬਿੱਲ ਆ ਉਹ ਕੇਂਦਰ ਸਰਕਾਰ ਨੂੰ ਪਾਸ ਕਰਨਾ ਚਾਹੀਦਾ ਆ ਔਰ ਜਿਹੜਾ ਬਿੱਲ ਪਾਸ ਕੀਤਾ ਆ ਉਹ ਵਾਪਸ ਲੈਣਾ ਚਾਹੀਦਾ ਆ ਔਰ ਜਿੱਥੇ ਵੀ ਕਿਸਾਨਾਂ ਨੂੰ ਮੇਰੀ ਆਵਾਜ਼ ਦੀ ਲੋੜ ਹੋਊਗੀ ਮੈਂ ਹਮੇਸ਼ਾ ਹੀ ਆਪਣੀ ਆਵਾਜ਼ ਕਿਸਾਨਾਂ ਦੇ ਹੱਕਾਂ ਵਾਸਤੇ ਬੁਲੰਦ ਕਰਾਂਗੇ। ਮੈਮ ਤੁਸੀਂ ਇਹਨਾਂ ਬਿੱਲਾਂ ਬਾਰੇ ਸਟੱਡੀ ਵੀ ਕੀਤੀ ਹੋਏਗੀ, ਤੁਸੀਂ ਇੱਕ ਸੈਲੀਬ੍ਰਿਟੀ ਹੋ, ਕੀ ਸੋਚਦੇ ਹੋ ਕਿਸਾਨਾਂ ਨੂੰ ਪੰਜਾਬ ਦੇ ਨੂੰ ਕੀ ਨੁਕਸਾਨ ਹੋਏਗਾ ਇਸ ਬਿੱਲ ਦੇ ਆਉਣ ਨਾਲ? ਮੈਂ ਸੋਚਦੀ ਹਾਂ ਕਿ ਕਿਸਾਨਾਂ ਨੂੰ ਇਹ ਡਰ ਹੈ ਕਿ ਪ੍ਰਾਈਵੇਟਾਈਜੇਸ਼ਨ ਨਹੀਂ ਹੋਣਾ ਚਾਹੀਦਾ ਕਿਉਂਕਿ ਕੋਈ ਵੀ ਚੀਜ਼ ਇੱਕ ਛੋਟੀ ਜਿਹੀ ਤੋਂ ਸ਼ੁਰੂ ਹੁੰਦੀ ਹੈ ਫਿਰ ਅੱਗੇ ਵੱਧਦੇ 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 ਬਹੁਤ ਅੱਗੇ ਤੱਕ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਹੱਕ ਤੁਹਾਡੇ ਤੋਂ ਖੋਹ ਲਿੱਤੇ ਜਾਂਦੇ ਨੇ। ਇਸ ਕਰਕੇ ਪ੍ਰਾਈਵੇਟਾਈਜੇਸ਼ਨ ਕਿਸਾਨਾਂ ਦੇ ਮਾਮਲੇ ਦੇ ਵਿੱਚ ਨਹੀਂ ਹੋਣਾ ਚਾਹੀਦਾ ਜਦਕਿ ਬਿੱਲ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਵੀ ਉਹਨਾਂ ਨੇ ਦੱਸੀਆਂ ਜਿਹੜੀਆਂ ਕਿਸਾਨਾਂ ਦੇ ਹੱਕਾਂ ਦੇ ਵਿੱਚ ਨੇ। ਬਟ ਜਿਹੜੀ ਚੀਜ਼ ਜਿੱਥੇ ਪ੍ਰਾਈਵੇਟਾਈਜੇਸ਼ਨ ਲੱਗ ਜਾਂਦਾ ਹੈ ਉੱਥੇ ਕਿਤੇ ਨਾ ਕਿਤੇ ਤੁਹਾਨੂੰ ਸ਼ੰਕਾ ਆ ਜਾਂਦੀ ਹੈ ਵੀ ਅੱਗੇ ਜਾ ਕੇ ਬਹੁਤ ਸਾਰੀਆਂ ਚੀਜ਼ਾਂ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਚੇਂਜ ਹੋ ਜਾਂਦੀਆਂ ਨੇ ਜਦਕਿ ਸਰਕਾਰੀ ਮੁੱਦਿਆਂ ਦੇ ਵਿੱਚ ਜਾਂ ਸਰਕਾਰੀ ਕੰਮਾਂ ਦੇ ਵਿੱਚ ਸਾਨੂੰ ਫਿਰ ਵੀ ਸੋਚ ਸਮਝ ਕੇ ਆਪਾਂ ਉਸ ਚੀਜ਼ ਨੂੰ ਬਦਲਦੇ ਹਾਂ ਜਾਂ ਕਰਦੇ ਹਾਂ, ਹੈ ਨਾ, ਇੱਕ ਕਾਇਦੇ ਦੇ ਨਾਲ। ਬਟ ਜੇ ਕੋਈ ਚੀਜ਼ ਪ੍ਰਾਈਵੇਟ ਹੁੰਦੀ ਆ ਉਹ ਫਿਰ ਕਿਸਾਨਾਂ ਦੇ ਕੋਲੋਂ ਉਹਨਾਂ ਦੇ ਹੱਕ ਖੋਹ ਲਿੱਤੇ ਜਾਣਗੇ। ਸੋ ਇਸ ਕਰਕੇ ਮੈਂ ਇਹੀ ਬੇਨਤੀ ਕਰਦੀ ਹਾਂ ਜੋ ਕਿਸਾਨਾਂ ਨੂੰ ਸਹੀ ਲੱਗਦਾ ਹੈ ਉਹਨਾਂ ਵਾਸਤੇ ਉਸੇ ਤਰੀਕੇ ਦਾ ਬਿੱਲ ਪਾਸ ਕਰਨਾ ਚਾਹੀਦਾ ਹੈ। ਮੈਡਮ ਪਹਿਲੀ ਵਾਰੀ ਵੇਖਣ 'ਚ ਆਇਆ ਕਿ ਜਿਹੜੇ ਕਲਾਕਾਰ ਨੇ ਸੈਲੀਬ੍ਰਿਟੀ ਨੇ ਉਹ ਪਹਿਲੀ ਵਾਰੀ ਕਿਸਾਨਾਂ ਦੇ ਨਾਲ ਜਿਹੜਾ ਸੰਘਰਸ਼ ਦੇ ਵਿੱਚ ਕੁੱਦ ਪਏ ਨੇ ਔਰ ਇਹਨਾਂ ਦਾ ਸਮਰਥਨ ਕਰ ਰਹੇ ਨੇ। ਵੱਖ ਵੱਖ ਥਾਵਾਂ 'ਤੇ ਤਸਵੀਰਾਂ ਵਾਇਰਲ ਹੋਈਆਂ ਨੇ, ਕੋਈ ਕਲਾਕਾਰ ਅਕਾਲੀ ਪਾਰਟੀ ਦੇ ਮੰਚ ਤੋਂ ਬੋਲ ਰਿਹਾ, ਕੋਈ ਕਾਂਗਰਸ ਪਾਰਟੀ ਦੇ ਮੰਚ ਤੋਂ ਬੋਲ ਰਿਹਾ, ਕੋਈ ਆਮ ਆਦਮੀ ਪਾਰਟੀ ਦੇ ਮੰਚ 'ਚੋਂ, ਕੋਈ ਅਦਰ ਪਾਰਟੀਆਂ 'ਚੋਂ। ਤੁਸੀਂ ਕਿਉਂ ਕਿਸਾਨਾਂ ਦਾ ਜਿਹੜਾ ਜਥੇਬੰਦੀਆਂ ਨੂੰ ਕਿਉਂ ਚੁਣਿਆ, ਤੁਸੀਂ ਕਿਸੇ ਪਾਰਟੀ ਦੇ ਮੰਚ 'ਤੇ ਕਿਉਂ ਨਹੀਂ ਗਏ? ਦੇਖੋ ਮੈਂ ਪੋਲੀਟੀਕਲ ਕੋਈ ਵੀ ਚੀਜ਼ ਪੋਲੀਟੀਕਲ ਨਹੀਂ ਲੈਣਾ ਚਾਹੁੰਦੀ, ਨਾ ਹੀ ਮੈਨੂੰ ਪੋਲੀਟਿਕਸ ਦੇ ਵਿੱਚ ਹਜੇ ਕੋਈ ਇੰਟਰਸਟ ਆ। ਮੈਨੂੰ, ਮੈਂ ਕਿਸਾਨਾਂ ਦਾ ਸਮਰਥਨ ਕਰਨ ਵਾਸਤੇ ਆਈ ਹਾਂ, ਮੈਂ ਕਿਸਾਨਾਂ ਦੀਆਂ ਮਜਬੂਰੀਆਂ ਸਮਝਦੀ ਹਾਂ, ਮੈਂ ਕਿਸਾਨਾਂ ਦੀ ਆਵਾਜ਼ ਬਣਨਾ ਚਾਹੁੰਦੀ ਹਾਂ। ਮੇਰਾ ਮੇਨ ਮੋਟਿਵ ਇਹੀ ਹੈ ਕਿ ਕਿਸਾਨਾਂ ਨੂੰ ਹੱਕ ਮਿਲਣੇ ਚਾਹੀਦੇ ਆ, ਜੋ ਉਹਨਾਂ ਦਾ ਬਿੱਲ ਆ ਉਹ ਪਾਸ ਹੋਣਾ ਚਾਹੀਦਾ ਆ। ਮੈਨੂੰ ਇਹਦੇ ਵਿੱਚ ਕੋਈ ਇੰਟਰਸਟ ਨਹੀਂ ਕਿ ਮੈਂ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਉਹ ਜਾ ਕੇ ਉਹਨਾਂ ਦਾ ਸਮਰਥਨ ਕਰਾਂ। ਇਸ ਕਰਕੇ ਮੈਂ ਇਹ ਧਰਨਾ ਚੁਣਿਆ ਜਿੱਥੇ ਮੈਨੂੰ ਕੋਈ ਪੋਲੀਟੀਕਲ ਪਾਰਟੀ ਦਾ ਮੈਂ ਸਮਰਥਨ ਨਹੀਂ ਕਰ ਰਹੀ, ਇੱਥੇ ਸਿਰਫ ਮੈਂ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰ ਰਹੀ ਹਾਂ ਜੋ ਮੇਰੇ ਫਾਦਰ ਸਾਹਿਬ ਹਮੇਸ਼ਾ ਕਰਦੇ ਸੀਗੇ। ਅੱਗੇ ਵੀ ਤੁਹਾਡਾ ਸੰਘਰਸ਼ ਜਾਰੀ ਰਹੇਗਾ ਪੰਜਾਬ ਦੇ ਹੱਕਾਂ ਹਿੱਤਾਂ ਲਈ, ਕਿ ਜਾਂ ਤੁਸੀਂ ਜਦੋਂ ਇਹ ਹਾਲਾਤ ਸੁਧਰਦੇ ਨੇ, ਕੋਵਿਡ ਦਾ ਮਾਮਲਾ ਮੁੱਕਦਾ, ਵਾਪਸ ਬੰਬੇ ਜਾ ਕੇ ਆਪਣੀ ਆਰਟਿਸਟ ਬਣ ਕੇ ਜਾਂ ਲੋਕਾਂ ਦੇ ਹੱਕਾਂ ਹਿੱਤਾਂ ਲਈ ਲੜਦੇ ਰਹੋ? ਦੇਖੋ ਜੀ, ਜਦੋਂ ਦਾ ਤੁਸੀਂ ਵੀ ਜਾਣਦੇ ਹੋ, ਪਿਛਲੇ ਜਦੋਂ ਦਾ ਲੋਕਡਾਊਨ ਸਟਾਰਟ ਹੋਇਆ ਹੈ ਤੁਸੀਂ ਮੇਰੇ ਨਾਲ ਹੀ ਸੀਗੇ। ਲੋਕਡਾਊਨ ਦੇ ਵਿੱਚ ਵੀ ਮੈਂ ਬਾਹਰ ਨਿਕਲ ਕੇ ਲੋਕਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਸਾਡੇ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ। ਸੋ ਪਿਛਲੇ ਛੇ ਮਹੀਨੇ ਤੋਂ ਤਾਂ ਮੈਂ ਇੱਥੇ ਹੀ ਹਾਂ। ਲੋਕਡਾਊਨ ਜਦਕਿ ਖੁੱਲ੍ਹ ਵੀ ਗਿਆ, ਸਾਰੇ ਵਾਪਸ ਵੀ ਚਲੇ ਗਏ ਹਾਂ, ਬਟ ਮੈਨੂੰ ਫਿਰ ਵੀ ਲੱਗਦਾ ਕਿ ਮੈਂ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਲੋਕਾਂ ਦੀ ਕੋਈ ਸਮੱਸਿਆ ਆ ਉਹ ਸੌਰਟ ਆਊਟ ਕਰਨ ਦੀ ਕੋਸ਼ਿਸ਼
इस वेले हिंदी फिल्मों के जिहड़े कलाकार बेशक उन्होंने पंजाब दे उत्ते बड़ियां फिल्मां बना के बहुत पैसे कमाए ने, अजे किसी ने आवाज़ नहीं बुलंद की, उन्होंने तक यह गल पहुँची नहीं गई किसानों के नाल धक्का हो रहा कि जां अजे वो वैसे ही चुप ने, सरकार का नाराजगी नहीं लेना चाहते। जी मैं आ मानती हाँ कि हर कोई बंदा अपने किते नूं प्यार करता है और हर कोई बंदा मतलब जिवें मैं तो किसान फैमिली नूं बिलोंग करती हाँ, उत्तों मेरे पिता भी किसान के यूनियन लीडर सीगे, किसानों के हकों वास्ते लड़ते सीगे, सो मैं दर्द समझ सकती हाँ। हर एक का आपो अपना प्रोफेसन हुंदा आ, उहदा बैकग्राउंड की आ, इस करके बैकग्राउंड पर भी बहुत डिपेंड करता है और कोई बंदा सिर्फ अपने काम पर ध्यान देना चाहता है, दूजे के काम पर नहीं ध्यान देना चाहता, बट मेरे खून के विच यही है कि लोगों का समर्थन करना, किसानों के हकों वास्ते लड़ना, सो मैं हमेशा ही ये करती रहूँगी और मैं कर रही हूँ। अपील करोगे फिल्म इंडस्ट्री के लोगों को, कलाकारों को, भी किसानों के साथ देने बनता? जी मैं ऑलरेडी अपील किया अपने सोशल मीडिया से, लाइव जाके भी अपील किया, अपने सोशल मीडिया से वीडियो बना के भी पाई सी कि आपां 25 तरीक नूं अपने किसानों के संघर्ष वास्ते बाहर निकलना चाहिए, अपनी आवाज़ बुलंद करनी चाहिए। सो दोस्तों ये सन प्रसिद्ध फिल्म अभिनेत्री सोनिया मान जी, जिन्होंने पंजाब पहुँच के किसानों के धरने को समर्थन देने का ऐलान किया, सियासी पार्टियां तो एक पासे होकर उन्होंने हा का नारा किसान के हक च मारिया कि सानू सारियां नू इस वेले देश के अन्नदाते दे नाल खड़ जाना चाहिए, और जो ऑर्डिनेंस सरकार वालों हिटलरशाही नीति नाल पास किए जा रहे उन्होंने उत्ते रोक लगनी चाहिए, और किसानों का जिहड़ा मुख धंधा खेती व्यापार है उसनू उवें ही चलता रहन देना चाहिए, सगो आर्थिक मंदहाली की दलदल च फसे किसानों नू पैरां सिर करना सरकार का मुख फर्ज है, ना कि उन्होंने रस्ते होर कंडे बीजने। सो दोस्तों तुसीं स्पोक्समैन टीवी देखते रहना, असीं तुहानू होर भी अजिही जानकारी तुहाडे सामू कर देवांगे। सो इस वेले कैमरा परसन तेजवीर करन दे नाल मैं गुरिंदर सिंह बाठ जाना स्पोक्समैन टीवी अजनाला।